ਟਰੰਪ ਦੀ ਰੈਲੀ 'ਤੇ ਜਿਹੜੀ ਸ਼ੂਟਿੰਗ ਹੋਈ ਉਹਦੇ 'ਚ ਨਵੀਂ ਅਪਡੇਟ ਆਈ ਹੈ ਜੀ ਕਿ ਜਿਹੜੇ ਉੱਥੇ ਲੋਕ ਖੜ੍ਹੇ ਸੀ ਉਹਨਾਂ ਨੇ ਦੇਖ ਲਿਆ ਸੀਗਾ ਸ਼ੂਟ ਨੂੰ, ਇਹ ਜਿਹੜੀ ਰੈਲੀ ਸੀ ਉਹਦੇ ਕੋਲ ਜਿਹੜੇ ਘਰ ਸੀਗੇ ਉਹਦੀ ਛੱਤ ਦੇ ਉੱਤੇ ਬੰਦਾ ਕਰੋਲ ਕਰ ਰਿਹਾ ਸੀ, ਇਹਦੇ ਕੋਲ ਰਾਈਫਲ ਸੀਗੀ, ਰਾਈਫਲ ਇਹਨੇ ਗੋਲੀਆਂ ਚਲਾਈਆਂ ਹੈਗੀਆਂ, ਅਤੇ ਜਿਹੜੇ ਉੱਥੇ ਖੜ੍ਹੇ ਸੀ ਲੋਕ ਉਹਨਾਂ ਨੇ ਸਿਕਿਉਰਟੀ ਜਿਹੜੀ ਸੀਗੀ ਸੀਕਰਟ ਸਿਕਿਉਰਟੀ ਨੂੰ ਇਨਫੋਰਮ ਕਰਨ ਦੀ ਕੋਸ਼ਿਸ਼ ਕੀਤੀ, ਪਰ ਜਦੋਂ ਤੱਕ ਕਿ ਉਹ ਐਕਸ਼ਨ ਲੈ ਪਾਉਂਦੇ ਇਸ ਬੰਦੇ ਨੇ ਗੋਲੀਆਂ ਚਲਾਤੀਆਂ, ਪਰ ਇਹਦਾ ਜਿਹੜਾ ਟਾਰਗੇਟ ਸੀਗਾ ਉਹ ਟਰੰਪ ਦਾ ਜਿਹੜਾ ਸਿੱਧਾ ਉਹਨੇ ਸਿਰ 'ਚ ਗੋਲੀ ਮਾਰਨੀ ਸੀਗੀ ਪਰ ਉਹ ਮਿਸ ਕਰ ਗਿਆ ਅਤੇ ਉਹਦੇ ਕੰਨ ਦੇ ਕੋਲੋਂ ਗੋਲੀ ਨਿਕਲ ਕੇ ਚਲੇ ਗਈ, ਇਸ ਕਰਕੇ ਉਹਦੇ ਜਿਹੜਾ ਕੰਨ ਤੋਂ ਖੂਨ ਆਉਣ ਲੱਗ ਗਿਆ, ਅਤੇ ਜਿਹੜੀਆਂ ਸੀਕਰਟ ਸਿਕਿਉਰਟੀ ਦੀਆਂ ਜਿਹੜੀਆਂ ਟੀਮਾਂ ਸੀਗੀਆਂ ਉਹਨਾਂ ਨੇ ਇਸ ਸ਼ੂਟਰ ਨੂੰ ਉਸੇ ਟਾਈਮ ਉੱਥੇ ਹੀ ਖਤਮ ਕਰ ਦਿੱਤਾ, ਅਤੇ ਇੱਕ ਇਹ ਵੀ ਪਤਾ ਲੱਗਿਆ ਵੀ ਜਿਹੜੇ ਉੱਥੇ ਲੋਕ ਆਏ ਸੀ ਉਹਨਾਂ ਵਿੱਚ ਇੱਕ ਜਿਹੜਾ ਬੰਦਾ ਸੀਗਾ ਜਿਹੜਾ ਉਹ ਰੈਲੀ ਦੇ ਵਿੱਚ ਆਇਆ ਸੀਗਾ ਉਹਦੀ ਡੈਥ ਹੋ ਗਈ, ਪਰ ਹਾਲੇ ਤੱਕ ਇਸ ਸ਼ੂਟਰ ਦੀ ਅਤੇ ਜਿਹੜਾ ਉਹ ਬੰਦਾ ਜਿਹੜਾ ਮਰਿਆ ਹੈਗਾ ਉਹਦੀ ਜਿਹੜੀ ਹੈਗੀ ਆ ਪਛਾਣ ਹਾਲੇ ਤੱਕ ਦੱਸੀ ਨਹੀਂ ਗਈ, ਕਿਉਂਕਿ ਇਹ ਜਿਹੜਾ ਹੈਗਾ ਹੈ ਜਿਹੜਾ ਆਪਣੀ ਜਾਂਚ ਦਾ ਵਿਸ਼ਾ ਹੈਗਾ, ਜਾਂਚ ਹੋਣ ਤੋਂ ਬਾਅਦ ਫਿਰ ਜਿਹੜਾ ਹੈਗਾ ਇਹ ਸਾਹਮਣੇ ਆਊਗਾ ਵੀ ਜਿਹੜਾ ਬੰਦਾ ਸੀਗਾ ਕੌਣ ਸੀਗਾ ਅਤੇ ਇਹਨੇ ਕਿਉਂ ਗੋਲੀਆਂ ਚਲਾਈਆਂ, ਪਰ ਹਾਲੇ ਤੱਕ ਇਹੀ ਸੁਣਨ ਨੂੰ ਮਿਲ ਰਿਹਾ ਵੀ ਜਿਹੜਾ ਇਹ ਬੰਦਾ ਸੀਗਾ ਇਹ ਕੋਈ ਆਪਣੀ ਜਿਹੜਾ ਪਰਸਨਲ ਰੰਜਿਸ਼ ਜਿਹੜੀ ਸੀਗੀ ਇਸ ਨੂੰ ਟਰੰਪ ਦੇ ਖਿਲਾਫ ਉਹਦੇ ਉਸ ਕਰਕੇ ਇਸ ਬੰਦੇ ਨੇ ਜਿਹੜਾ ਹੈਗਾ ਇਹ ਗੋਲੀਆਂ ਚਲਾਈਆਂ ਹੈਗੀਆਂ, ਬਾਕੀ ਜਿਹੜੇ ਹੈਗੇ ਅੱਗੇ ਹੋਰ ਜਿਹੜੀ ਇਨਵੈਸਟੀਗੇਸ਼ਨ ਹੋਈ ਉਸ ਤੋਂ ਬਾਅਦ ਹੀ ਪਤਾ ਲੱਗੇਗਾ, ਅਤੇ ਪਰ ਲੋਕਾਂ ਨੇ ਹੁਣ ਇਹ ਕਹਿਣਾ ਸ਼ੁਰੂ ਕਰ ਦਿੱਤਾ ਹੈਗਾ ਵੀ ਕਿਉਂਕਿ ਇਲੈਕਸ਼ਨਾਂ ਆ ਰਹੀਆਂ ਹੈਗੀਆਂ ਵੀ ਟਰੰਪ ਦੇ ਉੱਤੇ ਗੋਲੀਆਂ ਚਲਾਤੀਆਂ, ਜਿਹਦੇ ਕਿ ਜਿਹੜੇ ਇਹਨਾਂ ਦੀ ਓਪੋਜਿਟ ਪਾਰਟੀ ਵਾਲੇ ਵੀ ਆ ਜਿਹੜੇ ਡੈਮੋਕ੍ਰੇਟ, ਉਹ ਡੈਮੋਕ੍ਰੇਟ ਦੇ ਜਿਹੜੇ ਲੀਡਰ ਹੈਗੇ ਉਹ ਵੀ ਨਿੰਦਿਆ ਕਰ ਰਹੇ ਨੇ, ਅਤੇ ਇਹਦੀ ਹੁਣ ਜਿਹੜੀ ਸਿੰਪਥੀ ਵੋਟ ਹੈਗੀ ਆ ਉਹ ਟਰੰਪ ਨੂੰ ਮਿਲੂਗੀ ਕਿਤੇ ਨਾ ਕਿਤੇ, ਅਤੇ ਇਸ ਕਰਕੇ ਟਰੰਪ ਦਾ ਜਿਹੜਾ ਹੁਣ ਜਿਤਨਾ ਆਲਮੋਸਟ ਤੈਅ ਹੈਗਾ 2024